दीदी अपनी तो चूं नहीं माड़ी है ना। सही गल है यार। कदे गोहे चो है कदे मैसा चो बस डंगरा चो कर करके आप भी डंगर बन गए। डंगर अर्गे हो पे ओ देख ला पटियाली वाली दीदी नु तीजे दिन तीजे चौथे दिन कहते ब्यूटी पार्लर जाके खुराक होंगी अपन तो कोई भी नहीं लेके जाता घरों तो पैर नहीं वार धरने पार्लर की दूर की गल है अपनी उ गल कमा बी आप कर दी है खादी है अपनी तो जून बुरी पता ला लो गोहा गल जे तो आप कम करांगे वधिया तां ही रोटी मिलूगी जे कम नहीं करदे तां फिर अपनी कदर भी नहीं हैगी हुण ओह तां उहदी मर्जी नाल कम करदी आपां तां ओह भी नहीं कर सकदे जे आपां कम नहीं करांगे ना करके नहीं दमग ना सिद्धा करांगे अपनी तां बुढ़ी भी बाली माड़ी आ पेक्यां नूं तुर जा तैथों की करवाउणा सी कम करवाउण नूं लै के आया सी आही गल मार दिंदी बस तैनूं कम नूं तां लै के आया होर किसे तरह नूं चार पौना तेरी शक्ल देखणी आ कहिंदे सोने दा की आ चार पौना जे कम दी नहीं होएगी होर की आ बस आ गल्लां ने इहनां कोले तां करा लै हवा करूगी डिमांडा मेनू आ लो मेनू आ लो ये बाहर फूड मंगाऊंगी घर आली चीज तो देखो पसंद नहीं आती की कर रहे बोले ਅਗੋਹ ਜਿਹਾ ਇਕੱਠਾ ਕਰਦਾ ਸੀ ਰੁੱਕ ਸੁੱਕ ਨਹੀਂ ਕਰਦਾ ਸੀ ਆਈ ਮਤਲਬ ਚਲਾ ਕਰ ਇਹ ਕੰਮ ਛੱਡ ਅੱਛਾ ਜੀ ਤੇ ਪਟਿਆਲੇ ਵਾਲੀ ਦੀਦੀ ਨੂੰ ਲੈ ਕੇ ਆ ਅੱਛਾ ਜੀ ਐ ਕਰ ਮੋਟਰਸਾਈਕਲ ਲੈ ਆ ਆ ਕੰਮ ਛੱਡ ਦੇ ਮੋਟਰਸਾਈਕਲ ਲੈ ਕੇ ਉਹਨੂੰ ਜਲਦੀ ਲੈ ਕੇ ਆ ਫਿਰ ਉਹ ਬੋਲਣ ਲੱਗ ਜੂਗੀ ਚਲ ਜਾਣਾ ਜੀ ਮੈਂ ਫਿਰ ਠੀਕ ਹੈ ਜਾਏ ਦੱਸ ਉਹਨੂੰ ਕਾਦੇ ਤੇ ਲੈ ਕੇ ਵਿੱਕੀ ਮੋਟਰਸਾਈਕਲ ਲੈ ਗਿਆ ਟਰੈਕਟਰ ਹੁਣੀ ਘਰੇ ਹੈਗਾ ਦੱਸ ਉਹਨੂੰ ਕਾਦੇ ਤੇ ਲੈ ਕੇ ਆਈ ਚੰਗਾ ਜੀ ਮੈਂ ਜਾਵਾਂ ਫਿਰ ਮੈਂ ਲੈ ਆਵਾਂ ਬੜਾ ਜਾ ਕੇ ਚਲ ਆ ਤੂੰ ਵਧੀਆ ਕੀਤਾ ਹੋਰ ਸਾਈਕਲ ਦੀ ਬਾਗ ਦੇ ਨਾ ਸਾਈਕਲ ਦੀ ਜਾ ਹੋਰ ਉਹਨੂੰ ਕਾਦੇ ਤੇ ਲੈ ਕੇ ਆਈ ਬਸ ਦੀਦੀ ਨਾਲ ਜ਼ਿਆਦਾ ਨਾ ਬੋਲਿਓ ਤਾਂ ਫਿਰ ਲੜਨ ਲੱਗ ਜਾਂਦੀ ਆ ਕਿ ਜ਼ਿਆਦਾ ਬੋਲੇ ਮੈਂ ਤਾਂ ਡਰ ਵੀ ਲੱਗਦਾ ਤਾਂ ਜ਼ਿਆਦਾ ਨਾ ਬੋਲਣ ਲੱਗ ਜਾਂਦਾ ਬੋਲਣਾ ਕੀ ਫਿਰ ਹੋਰ ਉਹਨੂੰ ਕਾਦੇ ਤੇ ਲੈ ਕੇ ਤੁਰੇ ਆਉਂਦੀ ਉਦੋਂ ਦੀ ਉੱਥੇ ਖੜੀ ਤਾਂ ਫੋਨ ਕਰੀ ਜਾਂਦੇ ਮੈਨੂੰ ਲੈ ਕੇ ਜਾਓ ਮੈਂ ਇੱਥੋਂ ਨਹੀਂ ਤੁਰਿਆ ਜਾਂਦਾ ਆਪਾਂ ਤਾਂ ਤੁਰ ਕੇ ਏਡੀ ਦੂਰ ਵਗ ਜਾਂਦੀ ਆ ਉਹ ਤਾਂ ਗੱਲ ਆ ਉਦੋਂ ਤੁਰੇ ਨਹੀਂ ਜਾਂਦਾ ਮੈਡਮ ਤੋਂ ਪਤਾ ਨਹੀਂ ਹੁਣ ਆਉਣ ਵਾਲੀ ਹੋਣੀ ਪਰ ਸਾਈਕਲ ਦੇ ਤਾਂ ਟਾਈਮ ਲੱਗ ਹੀ ਜਾਂਦਾ ਪੈਰਾਂ 'ਚ ਵੀ ਪਤਾ ਨਹੀਂ ਹਵਾ ਹੈਗੀ ਸੀ ਪਤਾ ਨਹੀਂ गंदी स्मेल आ रही ना पहला मैनु ऐ दसो घरे कुछ है नहीं सी अपने साइकल लेके भेजता सुन ले भैन मेरी है विक्की ले गया मोटरसाइकल विक्की मोटरसाइकल ले गया घरे गड्डी है नहीं सी चाके साइकल गड्डी हुण सीरी किवें चलावे गंदी स्मेल आ रही है पता नहीं क्यों नहीं गंदी स्मेल आउंदी नाले मज्जां नहीं पोटी च सारा दिन हाथ मारदे रहने जे मज्जां गावां नहीं होणगी ना तेरे वर्गे दुध नहीं पीनी आ सोडी ना मत डंगरां वर्गी होए डंगरां च रह रहे हुण सानू ओही चंगे लगदे ने सानू नहीं पसंद है सारा कुछ इत्थों ही बनदा ठीक है पानी फिल्टर आला चाहिए मेनू आलतू फालतू पानी नहीं देना थोड़े पानी पीने क्यों खड़ के हाथ धोनी हाथ अंदर नहीं धोवो
ਧੋਵੋਗੇ ਟੂਟੀ ਤੇ ਇੱਥੇ ਕੀ ਪਾਣੀ ਦੇਖ ਤਾਂ ਲੈ ਇੱਥੇ ਵੀ ਧੋਵੋਗੇ ਸਾਬਣ ਨਾਲ ਪਾਣੀ ਹੱਥ ਧੋਣਿਆ ਮੈਨੂੰ ਫੇਰ ਪਾਣੀ ਦੇਣਾ ਵਾ ਨਾਲੇ ਆ ਜਾ ਦੀਦੀ ਨਹੀਂ ਖੜ ਚੋ ਨਹੀਂ ਪਾਣੀ ਮੈਂ ਤੂੰ ਬਾਲਾ ਟਾਈਮ ਨਹੀਂ ਖੜਾ ਜਾਂਦਾ ਆ ਮੈਂ ਤਾਂ ਹੋਰ ਹੀ ਕੀ ਹੋ ਯਾਰ ਸਿਆਪਾ ਹੁਣ ਆਪਣਾ ਦੱਪ ਦੇ ਨਹੀਂ ਲੋਟ ਆਉਂਦਾ ਸੀ ਹੁਣ ਇੱਕ ਹੋਰ ਇਹਨੂੰ ਨਖਰੇ ਚੱਕੋ ਚਲ ਰਿਸ਼ਤੇਦਾਰਾਂ ਦਾ ਵੀ ਆਉਣ ਦਾ ਕੋਈ ਟਾਈਮ ਹੀ ਜਦੋਂ ਜੀ ਕਰਦਾ ਮੂੰਹ ਚੱਕ ਕੇ ਆ ਜਾਂਦੇ ਨੇ ਪ੍ਰੀਤੀ ਐ ਕਰ ਅੰਦਰ ਤਾਂ ਲਾਈਟ ਵੀ ਹੈ ਨਹੀਂ ਬਾਹਰੀ ਮੰਜਾ ਕੱਢ ਲੈਣੇ ਆਪਾਂ ਫਿਰ ਆਹੀ ਤੇ ਪਿੰਡਾਂ ਦਾ ਸਿਆਪਾ ਹੁੰਦਾਗਾ ਮੈਂ ਪਹਿਲੇ ਡਰਦੀ ਆਉਂਦੀ ਨਹੀਂ ਤਾਂ ਹੀ ਮੈਂ ਇੰਨੇ ਟਾਈਮ ਬਾਅਦ ਆਉਂਦੀ ਆ ਫਿਰ ਅਸੀਂ ਵੀ ਤਾਂ ਕੱਢਦੇ ਹੀ ਆ ਭੈਣੇ ਫਿਰ ਮੈਥੋਂ ਨਹੀਂ ਕੱਟਿਆ ਜਾਂਦਾ ਤੁਸੀਂ ਕੱਟ ਲੈਣੀ ਮੇਰੇ ਤੋਂ ਨਹੀਂ ਹੋਇਆ ਬਾਹਰ ਦੀ ਅਸੀਂ ਇਹਨਾਂ ਨੂੰ ਕਿਤੇ ਚੰਗੀ ਆ ਪਾਪੇ ਹੱਥ ਧੋਣ ਲੱਗੇ ਨਾਲ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਏ ਆਪਦਾ ਭੈਣੇ ਧੋਈ ਜਾਨੀ ਆ ਜਿਵੇਂ ਹਾਂ ਚੰਗੀ ਤਰ੍ਹਾਂ ਧੋਇਓ ਪ੍ਰੀਤੀ ਹੁਣ ਤੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਖੜੀ ਆ ਤੂੰ ਮੰਜਾ ਤਾਂ ਲੈ ਆ ਇਹਨਾਂ ਨੂੰ ਕਹੇ ਤਾਂ ਸੁਣਦਾ ਹੂੰ ਨਹੀਂ ਇਹਨਾਂ ਨੂੰ ਪਤਾ ਲੱਗਦਾ ਹੈਗਾ ਕਿਸੇ ਗੱਲ ਦਾ ਦੀਦੀ ਇੰਨਾ ਗੁੱਸਾ ਨਾ ਕਰ ਕੋਈ ਗੱਲ ਨਹੀਂ ਲੈ ਆਉਂਦੀ ਆ ਵਿਚਾਰੀ ਉਹ ਅੱਜ ਤਾਂ ਸਾਡੇ ਦਾ ਕੰਮ ਵੀ ਨਹੀਂ ਮੁੱਕਿਆ ਸੀਗਾ ਨਾਲੇ ਚਾਹ ਚੂਜ ਹੀ ਨਹੀਂ ਕਰਨੀ ਹੈਗੀ ਹਾਂ ਚਾਹ ਚੂਜ ਹੀ ਨਹੀਂ ਮੈਂ ਪੀਂਦੀ ਹੈਗੀ ਹੋਰ ਕੀ ਪੀਏਂਗੀ ਕੋਈ ਠੰਡਾ ਠੁੰਡਾ ਲੈ ਕੇ ਆਉਂ ਮੈਨੂੰ ਨਹੀਂ ਠੰਡਾ ਠੁੰਡਾ ਲੈ ਕੇ ਆਉਣਾ ਨਾਲੇ ਵਿੱਕੀ ਕਿੱਥੇ ਆ ਮੇਰੀ ਤਾਂ ਤੂੰ ਗੱਲ ਸੁਣ ਨਾ ਤਾਂ ਵਿੱਕੀ ਆ ਘਰੇ ਵਿੱਕੀ ਗਿਆ ਕਿੱਥੇ ਆ ਵਿੱਕੀ ਆਪਦੇ ਕੰਮ ਗਿਆਗਾ ਹੁਣ ਕੰਮ ਧੰਦੇ ਹੁੰਦੇ ਹੀ ਆ ਤੈਨੂੰ ਆਪ ਹੀ ਪਤਾ ਤੂੰ ਨਾ ਉਹਨੂੰ ਤੁਸੀਂ ਦੱਸਿਆ ਨਹੀਂ ਸੀਗਾ ਵੀ ਮੈਂ ਆਉਣਾਗਾ ਵਿੱਕੀ ਘਰੇ ਨਹੀਂ ਸੀ ਰਹਿ ਸਕਦਾ ਪਤਾ ਹੀ ਨਹੀਂ ਸੀਗਾ ਤੁਹਾਨੂੰ ਪਤਾ ਨਹੀਂ ਸੀ ਭੈਣ ਬਹਿ ਜਾ ਚਾ ਹੁਣ ਤੂੰ ਗੱਲ ਪਾਣੀ ਲਿਆ ਹੋਰ ਸੁਣਾ ਕਿਵੇਂ ਆ ਸਾਰੇ ਠੀਕ ਠਾਕ ਆ ਠੀਕ ਆ ਬਸ ਆ ਜਾ ਪ੍ਰੀਤੀ ਲਿਆ ਦੇ ਪਾਣੀ ਗਰਮੀ ਜੋ ਆਈ ਆ ਵਿਚਾਰੀ ਨਾ ਪਹਿਲੇ ਆਂਦਾ ਸੀ ਪਾਣੀ ਲਿਆ ਕੇ ਕਿੱਥੋਂ ਆਂਦਾ ਭਾਬੀ ਟੂਟੀ ਤੋਂ ਫਿਲਟਰ ਵਾਲਾ ਪਾਣੀ ਕਿਹਾ ਸੀ ਨਾ ਮੈਂ ਸਾਨੂੰ ਆ ਪਾਣੀ ਤਾਂ ਮੈਂ ਪੀਣਾ ਹੀ ਨਹੀਂ ਹੈਗਾ ਆਪਦੇ ਤਾਂ ਵਿੱਕੀ ਨੂੰ ਫੋਨ ਕਰਕੇ ਸੱਦ ਲਓ ਫਿਲਟਰ ਵਾਲਾ ਪਾਣੀ ਫਿਲਟਰ ਦੇ ਪਾਣੀ ਵੀ ਮਾੜੇ ਹੁੰਦੇ ਤੂੰ ਪਾਣੀ ਪੀ ਕੇ ਤਾਂ ਦੇਖ ਸਾਡੀ ਟੂਟੀ ਮੈਂ ਪਾਣੀ ਨਹੀਂ ਪੀਣਾ ਮੈਨੂੰ ਫਿਲਟਰ ਵਾਲਾ ਪਾਣੀ ਲਿਆ ਕੇ ਦੇ ਦੋ ਪਾਣੀ ਲਿਆ ਦਾਂਗੇ ਤੂੰ ਪਾਣੀ ਪੀ ਤਾਂ ਸਹੀ ਵਿੱਕੀ ਨੂੰ ਫੋਨ ਕਰਕੇ ਕਹਿ ਦੇ ਵਿੱਕੀ ਨੂੰ ਫੋਨ ਕਰਕੇ ਸਾਰਾ ਕੁਝ ਮੰਗਵਾ ਕੇ ਰੱਖ ਦੋ ਮੈਨੂੰ ਆ ਨਾ ਥੋੜਾ ਰੋਟੀ ਟੁਕੜਾ ਜਿਹੜਾ ਵਧੀਆ ਬਣਾਉਣਾ ਨਾਲੇ ਮੈਨੂੰ ਨਹੀਂ ਪਸੰਦ ਸਾਡੇ ਘਰੇ ਤਾਂ ਨਾ ਪਤਾ ਮੇਰੇ ਉੱਥੇ ਮੇਰੇ ਸੌਰੀ ਅਸੀਂ ਤਾਂ ਲੱਗੀਆਂ ਹੋਈਆਂ ਨੇ ਰੋਟੀ ਟੁਕਰੂ ਫਿਰ ਹੁਣ ਸਾਨੂੰ ਦਾਰੂ ਧੋ ਕੇ ਕੰਮ ਕਰਨਾ ਹੈਗਾ ਨਾਲੇ ਆ ਗੋਹੇ ਗੂਹੇ ਜਲੇ ਹੱਥ ਨਹੀਂ ਲੈ ਕੇ ਚੱਲਣੇ ਆ ਕੀ ਤੁਸੀਂ ਮੱਝਾਂ ਦੀ ਟੱਟੀ ਚ ਹੱਥ ਮਾਰਦੀਆਂ ਰਹਿੰਦੀਆਂ ਮੈਂ ਪਾਣੀ ਨਾਲੇ ਕੋਲੇ ਚ ਪੀਉਂਗੀ ਗਲਾਸ ਹੈ ਨਹੀਂ ਆਪਣੇ ਘਰੇ ਘਰ ਦਾ ਸਾਰਾ ਨਾਸ ਕਰ ਰੱਖਿਆ ਇੰਨਾ ਘੈਂਟ ਘਰ ਬਣਿਆ ਹੋਇਆ ਸੀ ਕਿ ਇਹਨਾਂ ਨੇ ਜਲੂਸ ਨਾ ਕੋਈ ਮਿੱਟੀ ਲਾਉਣੀ ਨਾ ਕੁਛ ਹੋਰ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਨੇ ਕੰਮ ਸਾਡੇ ਆਪ ਦੀ ਨਹੀਂ ਲੋਟ ਆਉਂਦੇ ਇੰਨੇ ਦਾ ਪਤਾ ਕਰਦੇ ਆ ਮੇਰੇ ਨਾਲ ਨਾ ਮੇਰੇ ਗੁਆਂਢ ਨਾ ਕਹਿ ਦਿੰਦੇ ਨੇ ਵੀ ਤੇਰੇ ਨਾਲ ਪਿੰਡ ਦੇਖ ਕੇ ਆਵਾਂਗੇ ਸ਼ਹਿਰ ਚ ਰਹਿੰਦੇ ਨੇ ਕਹਿੰਦੇ ਪਿੰਡਾਂ ਦਾ ਮਾਹੌਲ ਦੇਖ ਕੇ ਆਵਾਂਗੇ ਮੈਂ ਉਹਨਾਂ ਨੂੰ ਨਹੀਂ ਨਾਲ ਲੈ ਕੇ ਆਉਂਦੀ ਹੈਗੀ ਵੀ ਘਰੇ ਤਾਂ ਜਲੂਸ ਹੀ ਕੱਢਿਆ ਹੁਣ ਉਹਨਾਂ ਨੇ ਕੀ ਜਲੂਸ ਕੱਢ ਤਾਂ ਭੈਣੇ ਅਸੀਂ ਇਹ ਤਾਂ ਦੱਸ ਦੇ ਹੁਣ ਹੈ ਨਹੀਂ ਕੁਛ ਚਾਹ ਪਾਣੀ ਦਾ ਕੋਈ ਠੰਡੇ ਪੱਤੇ ਦਾ ਤੁਸੀਂ ਤਾਂ ਆ ਬੈਠ ਗਏ ਮੇਰੇ ਬਰੋਬਰ ਸਹਾਣੇ ਆਲੂ ਦੀ ਸਬਜ਼ੀ ਬਣਾਈਏ ਆਲੂ ਦੀ ਸਬਜ਼ੀ ਬਣਾ ਲਈਏ ਨਹੀਂ ਸਾਗ ਬਣਾ ਲੈਂਦੇ ਆ ਤੁਸੀਂ ਖਾ ਲਿਓ ਨਹੀਂ ਸਾਗ ਬਣਾ ਲਈਏ ਪਰ ਤੁਸੀਂ ਨੇ ਕੀ ਖਾਣਾ ਤੁਹਾਨੂੰ ਕਿਹੜਾ ਪਤਾ ਨਹੀਂ ਮੈਂ ਕੀ ਕੁਝ ਖਾਣੀ ਆ ਇਹ ਤਾਂ ਬਾਹਰਲੀ ਚੀਜ਼ਾਂ ਖਾਓ ਤੁਸੀਂ ਬਾਹਰਲੀ ਚੀਜ਼ਾਂ ਖਾਣੀ ਹੋ ਸਾਨੂੰ ਫਿਰ ਵਿੱਕੀ ਗਿਆ ਉਹਨੂੰ ਫੋਨ ਕਰਕੇ ਵੀ ਤੁਸੀਂ ਕਹਿ ਸਕਦੇ ਹੋ ਇਹ ਤਾਂ ਖੇਤ ਗਿਆ ਹੈ ਵਿੱਕੀ ਨੂੰ ਬੁਲਾ ਲਓ ਖੇਤੋਂ ਇਹ ਤਾਂ ਮਿਲਦਾ ਹੀ ਨਹੀਂ ਤੁਸੀਂ ਨੇ ਪੀਜ਼ਾ ਵਗੈਰਾ ਖਾਣਾ ਇੱਥੇ ਮਿਲਦੇ ਨਹੀਂਗੇ ਉਹ ਤਾਂ ਪਤੀ ਸੀ ਮੈਨੂੰ ਨਾਲੇ ਮੈਂ ਸ਼ਾਮ ਨੂੰ ਵਾਪਿਸ ਆਉਣਾ ਫਿਰ ਮੈਂ ਨਹੀਂ ਰਹਿੰਦੀ ਇੱਥੇ ਚੱਲ ਤੂੰ ਐਂ ਕਰ ਵਿੱਕੀ ਨੂੰ ਕਹਿ ਦੇ ਫੋਨ ਲਾ ਕੇ ਠੀਕ ਹੈ ਪੜੀ ਕੀ ਕੁਝ ਖਾਣਾ ਹੁਣ ਤੂੰ ਹੀ ਦੱਸ ਦੇ ਸਾਨੂੰ ਤਾਂ ਨਾਮ ਕਿਹੜਾ ਪਤਾ ਨਹੀਂ ਹੈਗਾ ਕੀ ਖਾਣ ਨਾਲੇ ਨੂਡਲ ਮੰਗਵਾ ਦਿਓ ਨਾਲੇ 버ਗਰ ਠੀਕ ਹੈ ਨਾਲੇ ਕੋਕ ਮੰਗਵਾ ਕੇ ਦੇ ਦਿਓ ਮੈਨੂੰ ਆ ਚਿਪਸ ਜੂਸ ਤਾਂ ਨਾਲ ਹੋਣੀ ਚਾਹੀਦੀ ਹੈ ਨਾ ਨਾ ਲੈਣੇ ਆਉਂਦੇ ਆ ਨਾ ਜਿਹੜਾ ਕਿਸੇ ਨੇ ਕਿਹਾਗਾ ਨਾ ਭਾਬੀ ਤੁਸੀਂ ਘਰੇ ਰਹਿੰਦੇ ਹੋ ਮਿੱਟੀ ਮੁੱਟੀ ਤਾਂ ਲਾ ਸਕਦੇ ਦੇਖੀ ਘਰੇ ਕੀ ਕਰ ਰੱਖਿਆ ਨਹੀਂ ਸੀਗੀ ਹੁਣ ਫਿਰ ਹੁਣ ਦੁਬਾਰੇ ਫੇਰ ਹੋ ਗਿਆ ਹੁਣ ਅਸੀਂ ਦੱਸ ਕੀ ਕੁਝ ਕਰੀਏ ਪਤਾ ਨਰਮਾ ਚੁਗਣ ਵਾਲਾ ਪਿਆ ਹੁੰਦਾ ਵਿੱਚ ਉਹ ਨਰਮੇ ਕੀ ਹਾਂ ਬਸ ਨਰਮੇ ਚ ਹੋ ਜਾ ਕਰੋ ਪਸ਼ੂਆਂ ਦਾ ਨਹੀਂ ਪਸ਼ੂਆਂ ਚ ਰਹਿ ਰਹਿ ਕਿ ਤਾਂ ਤੁਸੀਂ ਪਸ਼ੂਆਂ ਵਰਗੀਆਂ ਹੋ ਰਹੀ ਹੋਗੀਆਂ ਪਸ਼ੂਆਂ ਬਿਨਾਂ ਪਤਾ ਕੁਝ ਨਹੀਂ ਬਣਦਾ ਤੁਹਾਨੂੰ ਪਤਾ ਹੈ ਨਾ ਪਰ ਤੁਹਾਡੀ ਮੱਤ ਪਸ਼ੂਆਂ ਵਰਗੀ ਹੋ ਰਹੀ ਹੈ ਤਾਂ ਹੀ ਸਾਨੂੰ ਪਸ਼ੂਆਂ ਬਿਨਾਂ ਕੁਝ ਸਰਦਾ ਨਹੀਂ ਹੈਗਾ ਮੇਰੀ ਗੱਲ ਸੁਣ ਭੈਣ ਹੁਣ ਤੂੰ ਸ਼ਹਿਰ ਚ ਜਾ ਕੇ ਨਾਖਰੇ ਚ ਗੱਲ ਤੇ ਕੁਆਰੀ ਹੁੰਦੀ ਪਸ਼ੂਆਂ ਚ ਗਈ ਹੈ ਸਾਨੂੰ ਬੇਬੇ ਦੱਸਦੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਮੈਂ ਪਸ਼ੂਆਂ ਕੰਨੀ ਕਦੇ ਹੋਈ ਨਹੀਂ ਸੀ ਬੇਬੇ ਸਾਰਾ ਕੰਮ ਆਪ ਕਰਦੇ ਸੀ ਠੀਕ ਹੈ ਬੇਬੇ ਸਾਨੂੰ ਦੱਸਦੀ ਸੀ ਠੀਕ ਹੈ ਗਹਾਰੇ ਨੂੰ ਗੋਹਾ ਤੂੰ ਹੀ ਲਾ ਕੇ ਆਉਂਦੀ ਹੁੰਦੀ ਸੀ ਠੀਆਂ ਪਾਸਦੀ ਤੂੰ ਗਈ ਹੈ ਬੇਬੇ ਸਾਨੂੰ ਸਾਰਾ ਕੁਝ ਆਹੋ ਤੁਹਾਨੂੰ ਬਾਹਲਾ ਪਤਾ ਹੈਗਾ ਨਾ ਭਾਬੀ ਬੈਠੇ ਗੱਲਾਂ ਜਿਹਾ ਨਾ ਮਾਰੋ ਆਪਦਾ ਕੰਮ ਕੁੰਮ ਕਰ ਲਓ ਚਾਹ ਤਾਂ ਬਣਾ ਦੀ ਹੁਣ ਪੂਰਾ ਗੁੜ ਚਾਹ ਮੈਂ ਕਿਹਾ ਮੈਂ ਸੁਣ ਚਾਹ ਚਾਹ ਕੁਛ ਨਹੀਂ ਗੁੜ ਪਾ ਕੇ ਚਾਹ ਬਣਾ ਦੀ ਨਾ ਮੈਂ ਨਹੀਂ ਪੀਂਦੀ ਗੁੜ ਵਾਲੀ ਚਾਹ ਨਹੀਂ ਤੁਹਾਨੂੰ ਇਸ ਵਾਗਾ ਗੁੜਗੜ ਵਾਲੀਆਂ ਚਾਹਾਂ ਮੈਨੂੰ ਨਹੀਂ ਪਸੰਦ ਹੈਗੀਆਂ ਮੈਂ ਤਾਂ ਕੋਕ ਮੰਗਵਾ ਕੇ ਦੇ ਦੂ ਆਪਦਾ ਤੂੰ
ਗੁੜ ਵਾਲੀ ਚਾਹ ਪੀ ਕੇ ਤਾਂ ਦੇਖ ਸਾਡੀ ਇੰਨੀ ਸਵਾਦ ਲੱਗਦੀ ਹੈ, ਪ੍ਰੀਤੀ ਨੇ ਪੁੱਛਿਆ ਨਾ ਪ੍ਰੀਤੀ ਫਿਰ ਅਸੀਂ ਬਣਾ ਕੇ ਪੀ ਲੈਣੇ, ਫਿਰ ਤੂੰ ਝਾਕੀ ਜੇ ਨਾ ਵੀ ਮੈਨੂੰ ਚਾਹ ਵੀ ਨਹੀਂ ਪੁੱਛਿਆ। ਕਿਉਂ ਮੈਂ ਚਾਹ ਦੀ ਭੁੱਖੀ ਹੈਗੀ ਸੁੱਡੀ ਦੀ, ਤੇ ਫਿਰ ਹੋਰ ਤੂੰ ਪੀਂਦੀ ਹੋਣੀ ਕਈ ਕਈ ਲੜਨ ਨੂੰ ਬੈਠੋ ਤੁਸੀਂ ਤਾਂ, ਇਹ ਤਾਂ ਆਪਣੀ ਮਾਂ ਨਾਲੋਂ ਵੀ ਤੱਸੀ, ਅਸ ਤਾਂ ਮੈਂ ਮਾਂ ਨਾਲ ਕਦਰ ਕਰਕੇ ਮੰਮੀ ਨੂੰ ਕੁਝ ਨਹੀਂ ਕਹਿਣਾ ਨਾਲੇ, ਫਿਰ ਹੋਰ ਤੈਨੂੰ ਦੱਸ ਅਸੀਂ ਕੀ ਸਾਰਾ ਦਿਨ ਬਕਵਾਸ ਮਾਰਦੀਆਂ ਰਹਿਣਗੀਆਂ। ਚੱਲ ਆ ਜਾ ਪ੍ਰੀਤੀ ਆਪਾਂ ਕੱਪੜੇ ਧੋ ਲਈਏ, ਚੱਲ ਬਹਿ ਜਾ ਫਿਰ ਆਰਾਮ ਕਰ ਲਾ। अब पिंडा दी तीवियां भी ना सारा दिन बुड़ बुड़ करके सिर दुख लग गया, ताही मैं इत्थे आउंदी नहीं हैगी गी, ना इन्हां नूं बोलण दा पता, ना उठण दा, ना बैठण दा पता। ਕੀ ਆ ਸਾਰਾ ਦਿਨ ਪੰਗਾ ਹੀ ਲੋਟਾ, ਪਹਿਲਾਂ ਗੋਹਾ ਪੱਥ ਕੇ ਆਈਆਂ, ਹੁਣ ਕੱਪੜਿਆਂ ਦਾ ਢੇਰ ਪਿਆ, ਫਿਰ ਵਿੱਕੀ ਆ ਜਾਊਗਾ, ਫਿਰ ਉਹਨੂੰ ਬਣਾਉਣਾ ਪਊ, ਪਤਾ ਨਹੀਂ ਕੀ ਕੁਛ ਕਹਿੰਦੀ ਕਿ ਨੂਡ ਨਾਡ ਜੇ ਲਿਆ ਦੂ ਵਿੱਕੀ ਆ, ਮੈਂ ਤਾਂ ਕਹਿ ਦਿੱਤਾ ਸੀ ਨਵੇਂ ਤੋਂ ਨਵਾਂ ਖਰਚਾ, ਪਹਿਲਾਂ ਉਹ ਭੂਆ ਕੇ ਗਈ ਆ, ਪਹਿਲਾਂ ਉਹ ਇੰਨਾ ਕੁਛ ਖਾਣ ਨੂੰ ਆ ਬੋ, ਆਪਣੀਆਂ ਤਾਂ ਕੁੜੀਆਂ ਵੀ ਨਹੀਂ ਚੱਜਦੀਆਂ, ਇੱਥੋਂ ਤਾਂ ਕੁੜੀ ਤੰਗ ਕਰਦੇ, ਆਪਾਂ ਤਾਂ ਕੋਈ ਨਹੀਂ ਆਪਦੇ ਪੇਕੇ ਜਾ ਕੇ ਕਦੇ ਇਹੋ ਜਿਹਾ ਕੁਛ ਕਰਿਆ, ਪਹਿਲੇ ਵਿਆਹ ਲੈ ਕੇ ਦੇ, ਆਹ ਲੈ ਕੇ ਦੇ, ਜਿਹੀ ਜਿਹੀ ਰੁੱਖੀ ਮਿੱਸੀ ਦਿੰਦੇ ਆ ਚੁੱਪ ਕਰਕੇ ਖਾ। ਨਾ ਭਾਬੀ ਕੀ ਬੁੜ ਬੁੜ ਕਰੀ ਜਾਂਦੀ ਆ, ਨਾਲੇ ਹੱਥਾਂ ਨਾਲ ਕੱਪੜੇ ਧੋ ਜਾਂਦੇ, ਨਾ ਮੈਂ ਮਸ਼ੀਨ ਕਾਹਦੇ ਵਾਸਤੇ ਭੇਜੀ ਆ, ਇਹ ਕਦੋਂ ਨਹੀਂ ਚਲਾਉਂਦੀਆਂ ਗਈਆਂ ਹੱਥਾਂ ਨਾਲ ਕੱਪੜੇ ਧੋਣੇ, ਇੱਕ ਦਿਨ ਅਸੀਂ ਚਲਾ ਲਈਏ ਤੇ ਘਰ ਮਾਲ ਫਸ ਗਈ ਸਾਥੋਂ, ਤਾਂ ਨਾ ਤਾਂ ਉਧਰ ਨਾ ਉਧਰ ਨਾ ਜਿਹਦੇ, ਇੱਕ ਦਿਨ ਮੈਂ ਕੱਪੜਾ ਜਦੋਂ ਪਸੁੱਕੜਾ ਜਦੋਂ ਚਸਕਾਰੀ ਸੀ ਨਾ, ਉਹ ਚੜ ਕੇ ਮੈਂ ਤਾਂ ਹੱਥ ਕੱਪੜੇ ਕੱਢ ਲਗਾ ਰਹਿ ਗਈਆਂ, ਨਾ ਪਿੰਡਾਂ ਦੀਆਂ ਹੀ ਰਹਿ ਗਈਆਂ, ਚਲਾਉਣੀ ਨਹੀਂ ਆਉਂਦੀ ਸੀ, ਚਲਾਉਣੀ ਨਹੀਂ ਆਉਂਦੀ ਹੈਗੀ ਗੀ, ਮਾੜਾ ਮੋਟਾ ਲੱਖਾਂ ਲੈ ਲਓ ਕਿਸੇ ਚੀਜ਼ ਦਾ, ਤੁਹਾਨੂੰ ਤਾਂ ਭਾਈ ਜਿੰਨਾ ਖਾਏਗਾ ਉਹਨਾਂ ਕਰੀ ਜਾਂਦੇ। ਮਗਰੋਂ ਆ ਗਈ ਆਪ ਤਾਂ ਪਤਾ ਨੀ, ਭੈਣ ਕੋਲੇ ਗਈ ਹੋਈ ਮੇਲਾ ਦਾ ਪਤਾ ਲੈਣ, ਮਾਸੀ ਦਾ ਪਤਾ ਲੈਣ ਗਈ ਹੋਈ ਆ, ਲਾਇਆ ਦੋ ਦਿਨ ਆਪਾਂ ਨੂੰ ਪੱਲੀ ਨੂੰ, ਆਪ ਤਾਂ ਹੀ ਫੋਨ ਕਰਕੇ ਦੱਸੋ ਵੀ ਤੂੰ ਬਾਗ ਜਾ, ਮੈਂ ਤਾਂ ਗਈ ਹੋਈ ਆ, ਤਾਂ ਪਾਉਣ ਨੂੰ ਹੁਣੇ ਤੋਰਤੀ, ਆਪ ਨੀ ਦੱਬਦੀ ਧੀ ਤੋਰਤੀ, ਆਪਾਂ ਤਾਂ ਇਹਨਾਂ ਦੇ ਨੀ ਕੰਜਰ ਖਾਨਾ ਲੋਟ ਆਉਂਦਾ, ਉਹੀ ਤਾਂ ਗੱਲ ਆ, ਮੈਂ ਤਾਂ ਜਦੋਂ ਇਹਨੇ ਆਉਣਾ ਹੋਇਆ ਤਾਂ ਮੈਂ ਤਾਂ ਪੇਕੇ ਖਰਚਾ ਕਰੂੰਗੀ, ਸਹੀ ਦੱਸਾਂ ਮੈਂ ਕਿਉਂ ਨਹੀਂ ਚੱਲਿਆ ਮੇਰੇ ਡਰਾਮ ਕੀ ਚੱਲਦੀ ਨਹੀਂ ਭੈਣ, ਘਰ ਛੱਡ ਕੇ ਵੀ ਨਹੀਂ ਜਾ ਸਕਦੇ, ਫਿਰ ਕੰਮ ਕਰ ਹੀ ਲੈਂਦੇ ਦੂਜਿਆਂ ਨਾਲ, ਕੀ ਕਹਿੰਦੀ ਸੀ ਜਾਣ ਜੂਣ ਬਾਰੇ ਕੁਛ ਕਹਿੰਦੀ ਆ ਕਦੋਂ ਜਾਣ, ਕੀ ਪਤਾ ਮੈਂ ਤਾਂ ਸੁਣਿਆ ਹੀ ਨਹੀਂ, ਕਿਹੜਾ ਮੈਂ ਤਾਂ ਲੱਗਦਾ ਜਿਸਲੇ ਕੋਈ ਬੁੜੀ ਨਹੀਂ ਆਉਂਦੀ ਉਦੋਂ ਤੱਕ ਆਪਣੀ ਲਹੂ ਪੇ ਆਈ ਹੋ ਇਸੇ ਕੰਮ ਵਾਸਤੇ, ਜਿੰਨੇ ਦਿਨ ਮੈਂ ਨਹੀਂ ਉਹਦੇ ਸਮੇਂ ਜਾ ਲੈ ਕੇ ਜਾ ਉਹਨਾਂ ਦੇ ਬਦਲੇ ਲੈ, ਤੋੜ ਵੀ ਦਿੱਤੀ ਨਾ ਲੈ ਕੇ ਆਉਣ ਦਾ, ਜੇ ਹੁਣ ਮੈਂ ਭੇਜਤੀ ਚੀਜ਼ ਰੱਖ ਵੀ ਨੀ ਸਕਦੇ ਸਾਂਭ ਕੇ, ਕਦੇ ਕੁਛ ਭੇਜਣਾ ਪੈਂਦਾ ਇਹਨਾਂ ਨੂੰ, ਕਦੇ ਕੁਛ ਭੇਜਣਾ ਪੈਂਦਾ, ਲੱਖਣ ਕਾਸੀ ਦਾ ਨਹੀਂ ਹੈਗਾ, ਤੋੜ ਫੋੜ ਲੱਭਣੀ ਤੂੰ ਤਾਂ ਲੱਖਣ ਲੱਭਦੀ, ਸਾਨੂੰ ਆਪਣੇ ਕੰਮ ਕਰ ਲੈਣ ਦੋ, ਤੁਸੀਂ ਤਾਂ ਐ ਕਰਨ ਲੱਗ ਜੇ ਮੈਂ ਇੱਥੇ ਕਦੇ ਪੜੇ ਹੀ ਨਹੀਂ, ਤੁਸੀਂ ਤਾਂ ਇੱਥੋਂ ਹੀ ਗਈਆਂ ਐਡੀ ਵੱਡੀ ਹੋ ਕੇ ਭੈਣੇ, ਹੁਣ ਜੇ ਤੂੰ ਸ਼ਹਿਰ 'ਚ ਰਹਿਣ ਲੱਗ ਗਈ ਫਿਰ ਅਸੀਂ ਕੀ ਕਰੀਏ, ਤੇ ਸ਼ਹਿਰ ਦੀ ਹਵਾ ਲੱਗ ਗਈ ਆ, ਹਵਾ ਹਵਾ ਕੁਛ ਨਹੀਂ ਲੱਗੀ, ਮਾੜਾ ਦੇਖਣ ਦਾ ਆਪਦੇ ਪਹਿਰਾਵੇ ਤੇ ਪਤਾ ਲੱਗ ਜਾਂਦਾ ਵੀ ਰਹਿਣ ਟਹਿਣੀ ਦਾ ਢੰਗ, ਜੇ ਅਸੀਂ ਤੁਹਾਡੀ ਇੱਜ਼ਤ ਕਰਦਾ ਤਾਂ ਤੁਸੀਂ ਸਾਡੀ ਵੀ ਤਾਂ ਇੱਜ਼ਤ ਕਰੋ, ਡਰੈਸ ਪਲੇ ਤਾਂ ਤੁਸੀਂ ਇੱਥੋਂ ਹੀ ਹੋ, ਸ਼ਹਿਰ ਜਾ ਕੇ ਤੁਹਾਨੂੰ ਸ਼ਹਿਰ ਦੀ ਹਵਾ ਲੱਗੀ ਪਈ, ਤੁਸੀਂ ਹੋਰ ਹੀ ਉੱਟ ਪਟਾਂਗ ਮਾਰੀ ਜਾਂਦੇ ਹੋ, ਜਿਵੇਂ ਇੱਥੇ ਕਦੇ ਚੱਲ ਠੀਕ ਹੈ, ਮੇਰੇ ਨਾਲ ਬੜੀ ਬਕਵਾਸ ਨਾ ਮਾਰੋ, ਜੇ ਕੁਛ ਹੈਗਾ ਰੋਟੀ ਰੋਟੀ ਦਾ ਲੈ ਆਓ, ਹੁਣ ਤਾਂ ਕਹਿੰਦੇ ਮੈਂ ਰੋਟੀ ਵੀ ਨਹੀਂ ਖਾਣੀ, ਮੈਂ ਤਾਂ ਦੀਦੀ ਮੇਰੀ ਗੱਲ ਸੁਣੋ, ਮੇਰਾ ਵਹਿਮ ਆ ਜਿਹੜਾ ਸਾਰਾ ਕੁਛ ਕਹਿੰਦੇ ਹੋ, ਤੁਸੀਂ ਖੇਤੀ 'ਚ ਹੀ ਜਾਂਦਾ, ਦੁੱਧ ਵੀ ਜੱਟਾਂ ਨੂੰ ਹੀ ਜਾਂਦਾ, ਠੀਕ ਹੈ, ਦਾਲ ਸਬਜ਼ੀਆਂ ਵੀ ਜੱਟਾਂ ਦੇ ਖੇਤਾਂ 'ਚ ਹੀ ਜਾਂਦੀਆਂ ਨੇ, ਇਹਦਾ ਤੇਰਾ ਵਹਿਮ ਹੈ ਇੱਕ ਮਾਡਲ ਤੇ, ਅਸੀਂ ਅਨਪੜ੍ਹ ਗਏ ਕਿ ਤੁਸੀਂ ਮਾਡਲ ਹੋ ਗਏ, ਜਾਂਦਾ ਤਾਂ ਸਾਰਾ ਕੁਛ ਇੱਥੋਂ ਹੀ ਆ, ਭਾਬੀ ਪਿੰਡਾਂ ਦੇ ਦੁੱਧ ਜਾਂਦਾ ਗਾ, ਭਾਬੀ ਪਿੰਡ ਰਿਵਾਜ਼ ਦੇ ਹਿਸਾਬ ਨਾਲ ਚੱਲਣਾ ਪੈਂਦਾ, ਲੋਕਾਂ ਦੇ ਨਾਲ ਚੱਲਣਾ ਪੈਂਦਾ ਭੈਣ ਮੇਰੀ, ਪਰ ਇੰਨਾ ਵੀ ਨਹੀਂ ਚੱਲ ਸਕਦੇ ਨਾ, ਕੰਮ ਦੇਖ ਕੇ ਚੱਲਣਾ, ਤੈਨੂੰ ਤਾਂ ਨਹੀਂ ਪਤਾ, ਸਾਨੂੰ ਪਤਾ ਨਾ ਸਾਡੇ ਘਰ ਦੇ ਰਿਕਾਰਡ ਅਸੀਂ ਉਸ ਹਿਸਾਬ ਨਾਲ ਚੱਲਣਾ, ਦੀਦੀ ਕੱਪੜੀ ਅਸੀਂ ਧੋਤੇ ਪਾਉਣੇ, ਕੱਪੜੀ ਤੁਸੀਂ ਧੋਤੇ ਪਾਉਣੇ, ਠੀਕ ਹੈ, ਮਸ਼ੀਨ ਵਾਲੀ ਤੇ ਹੱਥਾਂ ਵਾਲੀ ਤਾਂ ਕੋਈ ਗੱਲ ਨੀ ਹੈਗੀ ਨਾ, ਕੋਈ ਬਦਲਾਵ ਨੀ ਹੋਇਆ ਨਾ, ਕੱਪੜੀ ਨੇ, ਚੱਲ ਭਾਬੀ ਹੁਣ ਤੁਸੀਂ ਮੇਰੇ ਨਾਲ ਲੜੀ ਜਾਓਗੀਆਂ, ਲੜਦੇ ਨੀ ਲੜਦੇ, ਸਮਝਾਉਣੇ ਆ, ਮੈਂ ਆਹ ਸਮਝਾਉਣ ਨੂੰ ਮੈਂ ਤਾਂ ਪਾਗਲ ਤੁਰੀ ਫਿਰਦੀ ਆ ਨਾ, ਪਾਗਲ ਨੀ ਅਸੀਂ ਤੈਨੂੰ ਕਹਿੰਦੇ, ਅਸੀਂ ਤੈਨੂੰ ਸਮਝਾਉਣੀ ਆ ਵੀ ਇਹ ਤਾਂ ਆਪਣਾ ਵਹਿਮ ਹੁੰਦਾ, ਇੱਕ ਪਿੰਡ ਆਪਦੇ ਪਿੰਡ ਵਾਲੀ ਗੱਲ ਨਾ ਆਪਦੇ ਕੋਲੇ ਰੱਖੋ, ਠੀਕ ਆ ਦੀਦੀ, ਇੱਕ ਗੱਲ ਕਹਾਂ, ਤੁਸੀਂ ਵੀ ਇੱਥੇ ਪਲ ਕੇ ਗਏ ਆ,
जो पली सी ठीक है हूं मैं शहर च रही हूं ठीक है मेरे पिंड गलां बड़ी पिंड तरीकी वरता गे असि शहर नहीं ना वरत सकते हां फिर तुसी पशुआ च रहना पशुआ च रहो ठीक है गोहा चकना गोहा चको आपदा जिम्मे रहना रहो पर मेनू आपकी ना दसो पिंडा की लैंग्वेज जी मैं आपका शहर च रही आपके शहर च रहूंगी चल ठीक है भाभी मेरे तो बाली बकवास नहीं बसदी जो बिकी आगे मैं दस दे मैं अंदर रेस्ट कर दी नाले कपड़े कुपड़े चेंज कर दी चल कर ले भाई या प्रीति 10 मिनट आराम ले लिए जिन्ना टाइम बिकी नहीं आना ਕਿ ਪਰੇ ਤਾਂ ਬਾਲੀ ਸੁਣਖਾਂ ਜੀ ਕਰਦੀ ਜੇ ਹਾਂ ਤਾਂ ਇੱਥੋਂ ਹੀ ਗਈ ਆ ਗਈ ਐਡੀ ਦੀ ਨਲੀ ਹੁੰਦੀ ਸੀਗੀ ਹੋਰ ਐਡੀ ਨਲੀ ਹੁੰਦੀ ਸੀ ਜਦੋਂ ਪਹਿਲਾਂ ਦੇਖਦੀ ਹੁੰਦੀ ਸੀ ਹੁਣ ਮੌਸਮ ਮਾਰ ਗਈ ਹਵਾ ਜੀ ਛੜਿਆ ਜਦੇ ਸੂਟ ਪਾਇਆ ਹੁੰਦਾ ਸੀਗਾ ਹੁਣ ਆਪਦੇ ਆਪ ਨੂੰ ਕੌਣ ਦੀ ਵੱਡੀ ਮਾਂ ਮੰਮੀ ਦੀ ਮਾਂ ਨੇ ਕੀ ਕਹਿਣਾ ਮਾਂ ਦੀ ਤਾਂ ਚੰਬਲਾਈ ਹੋ ਗਈ ਆ ਸਾਨੂੰ ਮਾਡਲ ਚੀਜ਼ਾਂ ਹੈ ਕੋਈ ਸਾਨੂੰ ਲਿਆ ਕੇ ਦੇ ਦੋ ਅਸੀਂ ਲਾ ਲਾਂਗੇ बीमारियां फैलदियां ने ठीक है मतलब शहरां च प्रदूषण वगैरा बहुत ज्यादा हुंदा पिंड एक नैचुरल चीज है जिवें मतलब असीं दिखाया सी कि वी गोबर ते गैस विच डिफरेंस अपन पता भी गैस तो बीमारियां लगदियां गोहे तो गोबर तो मतलब एक कोई बीमारी नहीं लगती बाकी इहदा टेस्ट भी बहुत डिफरेंट हुंदा एक बहम हुंदा गा भी शहर जां पिंड विच रहना ओह तां अगले ते खुद ते डिपेंड हुंदा गा बाकी शहर बदल नाल जां पिंड बदल नाल इंसान नूं खुद नहीं बदलना चाहिंदा ते अपनी पहचान नहीं बदलनी चाहिंदी ठीक है जी बाकी ओह नाम अपनी प्रीति बोली सी सत श्री अकाल जी ते अस्सलाम वालेकुम जो सानूं कमेंट करदे सी उहनां दे नाम हैगा कौर महक ढिलो राजपाठ सरबजीत खतान सुखदीप कौर अजनेर तो रवि गरेवाल बलजिंदर सिंह गुरपाल सिंह सहज चीमा दविंदर तेजा दिल्ली तो हरमन ज्योत हरमन गुरप्यार सिंह धनजीत कौर अंग्रेज औलख जिंदर जिंदर भट्ठल करणवीर सिंह गुरतेज गिल सुख सुख गुरनूर सिंह थैंक यू जी थैंक यू जी जे सानू थोनू साडी वीडियो वधिया लगी लाइक कमेंट शेयर ते जरूर करो ते बेल आइकन दा बटन जरूर दबाओ हां जी जिन्ना दे नाम नहीं लिया जांदे जी असीं हौली हौली करके नेक्स्ट वीडियो च जरूर थोड़ा नेम लवांगे और गुस्सा ना करया करो धन्यवाद जी दोस्तों सत श्री अकाल जी मैं तुहाडा दिलबर मुड़ मुड़ याद सतावे पिंड दियां गलियां दी मुड़ मुड़ याद सतावे पिंड दियां गलियां दी सस्ती लै लो ते दर्जन केले फलियां दी केले फलियां दी ओ केले फलियां दी थैंक यू